ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਆਓ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਸ ਵਕਤ ਵਪਾਰ ਕਰਨ ਜਾਂਦੇ ਹਨ, ਉਸ ਸਮੇਂ ਦੀ ਵਿਚਾਰ ਦੇ ਨਾਲ ਆਪਾਂ ਸਾਂਝ ਪਾਈਏ। ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਘਰ ਵਿੱਚ ਬੈਠੇ ਸਨ ਅਤੇ ਅਕਾਲ ਪੁਰਖ ਨਾਲ ਸੁਰਤ ਨੂੰ ਜੋੜਿਆ ਹੋਇਆ ਸੀ। ਇੰਨੇ ਸਮੇਂ ਨੂੰ ਬਾਹਰੋਂ ਮਹਿਤਾ ਕਾਲੂ ਜੀ ਆਏ, ਆ ਕਰ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਹਜੇ ਵੀ ਸਮਝੇ ਨਹੀਂ ਹਨ। ਮਹਿਤਾ ਕਾਲੂ ਜੀ ਦੇਖ ਕਰ ਬੜੇ ਦੁਖੀ ਹੋਏ ਅਤੇ ਆਖਿਆ, ਹੇ ਪੁੱਤਰ ਜੀ, ਤੇਰਾ ਧੋਖਾ ਮੈਨੂੰ ਖਾ ਰਿਹਾ ਹੈ, ਤੂੰ ਸਮਝਦਾ ਨਹੀਂ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ, ਹੇ ਪਿਤਾ ਜੀ, ਹੁਣ ਸਾਨੂੰ ਬਖਸ਼ੋ, ਅੱਗੇ ਨੂੰ ਜੋ ਕੁਝ ਵੀ ਤੁਸੀਂ ਆਖੋਗੇ ਮੈਂ ਸੋਈ ਕਰਾਂਗਾ। ਤਾਂ ਕਾਲੂ ਜੀ ਨੇ ਆਖਿਆ ਤੂੰ ਵਣਜ ਵਪਾਰ ਕਰ ਲੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ, ਭਲਾ ਪਿਤਾ ਜੀ, ਜੋ ਤੁਸੀਂ ਕਿਹਾ ਹੈ ਉਹ ਠੀਕ ਹੈ। ਮਹਿਤਾ ਕਾਲੂ ਜੀ ਨੇ ਕਿਹਾ, ਨਾਨਕ ਜੀ, ਤੂੰ 20 ਰੁਪਏ ਲੈ ਜਾ, ਕੋਈ ਖਰਾ ਜਿਹਾ ਸੌਦਾ ਖਰੀਦ ਕੇ ਲਿਆ। ਜੇ ਇੱਕ ਵਾਰ ਤੂੰ ਖਰਾ ਸੌਦਾ ਕਰ ਆਵੇਂਗਾ ਤਾਂ ਫਿਰ ਮੈਂ ਤੈਨੂੰ ਬਹੁਤ ਹੋਰ ਪੈਸੇ ਦੇਵਾਂਗਾ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ, ਪਿਤਾ ਜੀ, ਜੋ ਤੁਸੀਂ ਕਹੋਗੇ ਉਹ ਮੈਂ ਕਰਾਂਗਾ, ਖਰਾ ਹੀ ਸੌਦਾ ਕਰਾਂਗਾ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ 20 ਰੁਪਏ ਪਿਤਾ ਜੀ ਨੇ ਦਿੱਤੇ। ਗੁਰੂ ਨਾਨਕ ਪਾਤਸ਼ਾਹ ਜੀ ਨੇ 20 ਰੁਪਏ ਲਏ ਅਤੇ ਭਾਈ ਬਾਲੇ ਨੂੰ ਵੀ ਸੱਦਾ ਭੇਜ ਦਿੱਤਾ। ਮਹਿਤਾ ਕਾਲੂ ਜੀ ਆਖਣ ਲੱਗੇ, ਬਾਲਾ ਜੀ, ਤੁਸੀਂ ਸਿਆਣੇ ਹੋ, ਤੂੰ ਗੁਰੂ ਨਾਨਕ ਦੇ ਨਾਲ ਜਾ, ਜਿਵੇਂ ਇਹ ਵਪਾਰ ਕਰਨਾ ਸਿੱਖੇ, ਤੂੰ ਇਸ ਦਾ ਸੰਗੀ ਹੈ। ਤਾਂ ਫਿਰ ਭਾਈ ਬਾਲੇ ਨੇ ਗੁਰੂ ਨਾਨਕ ਜੀ ਪਾਤਸ਼ਾਹ ਨਾਲ ਗੱਲ ਕੀਤੀ। ਦੋਨੋਂ ਉੱਠ ਕੇ 20 ਰੁਪਏ ਲੈ ਕੇ ਤੁਰ ਪਏ। ਮਹਿਤਾ ਕਾਲੂ ਜੀ ਵੀ ਨਗਰ ਤੋਂ ਬਾਹਰ ਗੁਰੂ ਨਾਨਕ ਪਾਤਸ਼ਾਹ ਜੀ ਅਤੇ ਬਾਲੇ ਦੇ ਨਾਲ ਆਇਆ ਅਤੇ ਸਾਰੇ ਰਸਤੇ ਵਿੱਚ ਇਹੀ ਸਿੱਖਿਆ ਦਿੰਦਾ ਆਇਆ ਕਿ ਤੂੰ ਜੇ ਕੰਮ ਕਰ ਸੰਭਾਲ ਲਵੇਂ ਤਾਂ ਮੈਨੂੰ ਠੰਡਾ ਸਾਹ ਆ ਜਾਵੇ। ਤੇਰੇ ਜੰਮਿਆਂ 'ਤੇ ਮੈਨੂੰ ਇਹ ਭਰੋਸਾ ਹੋਇਆ ਸੀ ਕਿ ਜੋ ਤੂੰ ਪਦਾਰਥ ਕਮਾਵੇਂਗਾ ਮੇਰੇ ਵੀ ਉਹ ਬਹੁਤ ਕੰਮ ਆਵੇਗਾ, ਮੇਰਾ ਜਸ ਦੁਨੀਆ ਵਿੱਚ ਹੋਵੇਗਾ, ਤੂੰ ਵਪਾਰ ਕਰਨਾ ਸਿੱਖੇਗਾ, ਖੱਤਰੀਆਂ ਵਾਲੀ ਗੱਲ ਕਰੇਗਾ, ਬਹੁਤ ਸਾਰਾ ਪਦਾਰਥ ਖੱਟ ਕਰ ਲਿਆਵੇਂਗਾ ਤਾਂ ਮੇਰੀ ਆਤਮਾ ਠੰਡੀ ਹੋ ਜਾਵੇਗੀ। ਜੈਸੀ ਸਿੱਖਿਆ ਦੇ ਕਰ ਕਾਲੂ ਜੀ ਪਿੱਛੇ ਨੂੰ ਮੁੜਿਆ, ਬਾਬਾ ਨਾਨਕ ਜੀ ਅਤੇ ਭਾਈ ਬਾਲਾ ਜੀ ਜਦੋਂ ਤੁਰੇ ਜਾ ਰਹੇ ਨੇ ਤਾਂ ਕਾਲੂ ਬਹੁਤ ਮੋਹ ਕਰਕੇ ਪਿਛਾਂ ਨੂੰ ਪਰਤ ਪਰ ਕੇ ਦੇਖਦਾ ਹੈ ਅਤੇ ਘਰ ਨੂੰ ਆਇਆ। ਬਾਲੇ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਾਰਤਾ ਸੁਣਾਉਂਦੇ ਹੋਏ ਭਗਤੀ ਵਿਰਾਗ ਧਿਆਨ ਨਾਲ ਮਿਲੀਆਂ ਹੋਈਆਂ ਗੱਲਾਂ ਕਰਦੇ ਹੋਏ ਤੁਰੇ ਜਾ ਰਹੇ ਸਨ। ਜਦੋਂ 12 ਕੋਹ ਦੇ ਗਏ ਤਾਂ ਇੱਕ ਜੰਗਲ ਆਇਆ। ਉੱਥੇ ਸਾਧੂ ਮੰਡਲੀ ਬੈਠੀ ਸੀ, ਤਪਸਵੀ ਲੋਕ ਸਨ, ਕੋਈ ਖੜੀਆਂ ਬਾਹਾਂ ਕਰਕੇ ਬੈਠੇ ਸਨ, ਕੋਈ ਸੰਤ ਖੜਾ ਸੀ, ਕੋਈ ਸੰਤ ਪਦਮ ਆਸਣ ਲਾਏ ਬੈਠਾ ਸੀ, ਕੋਈ ਧੂਣੀਆਂ ਤਪਾਉਂਦੇ ਸਨ, ਕੋਈ ਸਿੱਧ ਆਸਣ ਕਰ ਬੈਠਾ ਸੀ, ਕੋਈ ਜਲ ਵਿੱਚ ਬੈਠਾ ਸੀ, ਕੋਈ ਪੁਸਤਕਾਂ ਪੜ੍ਹਦੇ ਸਨ। ਇਸ ਤਰ੍ਹਾਂ ਜਿਨ੍ਹਾਂ ਨੂੰ ਪਰਲੋਕਾਂ ਦੇ ਸੁੱਖਾਂ ਦੀ ਚਾਹ ਹੈ ਉਹ ਸੁੱਖ ਤਿਆਗ ਕੇ ਕਿਨਾਰਾ ਕਰਕੇ ਇਕਾਂਤ ਵਿੱਚ ਬੈਠ ਜਾਂਦੇ ਹਨ। ਸਰਬ ਸੰਤ ਮੰਡਲੀ ਵਿੱਚ ਇੱਕ ਮਹੰਤ ਜੀ ਬੈਠੇ ਸਨ, ਮਿਰਗਸ਼ਾਲਾ ਜਿਨ੍ਹਾਂ ਦੇ ਹੇਠਾਂ ਵਿਛੀ ਹੋਈ ਸੀ, ਬਰਸ਼ ਦੀ ਛਾਂ ਦਾ ਆਨੰਦ ਮਾਣਦੇ ਸਨ, ਸਿਰ 'ਤੇ ਜੁਟਾਵਾਂ ਸੀ ਅਤੇ ਹਿਰਦੇ ਵਿੱਚ ਅਕਾਲ ਪੁਰਖ ਨੂੰ ਮਿਲਣ ਦਾ ਧਿਆਨ ਸੀ। ਇੱਕ ਸਾਧੂ ਪਾਸ ਬੈਠ ਕਰ ਪੁਸਤਕ ਪੜ੍ਹ ਰਿਹਾ ਸੀ। ਇਸ ਸੰਤ ਸਭਾ ਨੂੰ ਦੇਖ ਕਰ ਗੁਰੂ ਨਾਨਕ ਪਾਤਸ਼ਾਹ ਜੀ ਖੜ੍ਹੇ ਹੋ ਗਏ।
देखन लगे और भाई बाले नूं आख्या। गुरु नानक पातशाह ने, हे बाला जी, इस खरे सौदे नालों होर कोई सौदा चंगा नहीं है। ये अमोल सौदे नूं नहीं छड़ना चाहिए। पिता जी की आग्या भी खरे सौदे करन दी है। इस तों खरा व्यापार करन दी होर की है। ये रुपया इन्हां नूं दे दिंदे हाँ, ये भोजन वस्त्र करके खुश हो जाणगे। ये बचन सुन के बाला ने आख्या, महाराज महते कालू का डर है, उसने बणज करन वास्ते तुहानू रुपए दिते हैं, अते सुभा भी पिता जी का कठोर है, सो तुसी जाणो मैं आप का अनुसारी हाँ। जो तुसी ही महते कालू जी नू समझ लेना अते जवाब देना, मेरे नाल कोई झगड़ा ना करे, मैं तो आप दे अनुसारी हाँ, अगे भी हाँ तो हुण भी हाँ। जिस तरह तुसी आग्या देंदे हो मैं उस तरह ही करांगा। ये गल्लां कह के 20 रुपए बाला जी ने गुरु नानक दे हाथ दे दिते। सो 20 रुपए लैके गुरु नानक पातशाह जी संतां दे पास जाकर बोले। पहले नमस्कार करी, फिर पुछया, संत जी आप वस्त्र नहीं पहनते, क्योंकि रात दिन धुप पाला सर्दी गर्मी हुंदी है, वर्खा भी हुंदी है, अते आप दिब जोत हो, भस्म लगा रखी है। इन्ना सुन के संत ने कहा, हे भाई जी, हम निर्वाण साधु हाँ, वस्त्र का संजम रखते हाँ, और तैनू क्या प्रयोजन है? पुछने ते बाले ने कहा, नानक जी तू चल के खरा सौदा खरीद लिया, जो कुछ कालू ने किया है। गुरु नानक पातशाह जी ने आख्या, बाला जी मैनू पिता ने खरा सौदा खरीदने वास्ते आख्या है। बाला जी तू मसलत खरे सौदे खरीदन दे, मैं खरा सौदा करांगा। तां बाला जी ने कहा, मैं की आखदा हाँ, तू पुत्र है तो तेरा पिता है। तां फिर गुरु नानक पातशाह जी ने आख्या, संत जी तुसी वस्त्र नहीं पहनते ते भोजन भी नहीं करते होवोंगे। तां फिर महंत जी ने कहा, अरे बालक, जो अकाल पुरख भोजन भेजदा है असी उसनू खा लेंदे हाँ, असी उदास रहिंदे हाँ, इस वास्ते असी जंगल विच रहिंदे हाँ, असी जंगल विच रहिंदे हाँ। तां गुरु नानक पातशाह जी ने कहा, आप दा नाम क्या है? तां संतां ने कहा, साडा नाम संत रेण है। सुनकर गुरु नानक पातशाह जी बहुत खुश हुए और कहा, बाला जी ये खरा सौदा जो है मैं नहीं छड़ सकता, ये खरा सौदा है, मैं इस विच टोट नहीं आवेगी, ये वाधा ही जाएगा। बाले कहा, नानक जी तुसी जाणो, कालू जाने, मैं की जाना, ये खरा सौदा है जां खोटा है। गुरु नानक पातशाह जी ने 20 रुपए लैके बाले पासों महंतां दे अगे रख दिते। महंतां ने आख्या, अरे बालके, ये 20 रुपए साडे किसे काम नहीं है, तुहाडे बाप ने तुहानू व्यापार कर लई दिते हन, तू फकीरां नू क्यों दिंदा है? तेरी अवस्था छोटी है, तेरा व्यवहार पिता दे अधीन है, जो तेरे पिता ने कहा है वो काम कर, तू रुपए फकीरां नू दिंदा है। तां गुरु नानक पातशाह जी ने कहा, सुनो संत जी, मैनू मेरे पिता जी ने खरा सौदा करने वास्ते भेजिया है, सो इस तों खरा सौदा होर की हो सकता है? तां महंता ने कहा, तेरा नाव क्या है और तू हुंदा कौन है? तां गुरु नानक पातशाह जी ने कहा, मेरा नाम तां नानक निरंकारी है। गुरु रूप साध संग जीओ, इस दी अगली विचार अगले भाग विच सरवण करांगे। आखिए जी, वाहिगुरु जी का खालसा, वाहिगुरु जी की फतह।